ਹਲਕਾ ਆਤਮਨਗਰ ਅਧੀਨ ਪੈਂਦੇ ਵਾਰਡ ਨੰਬਰ 47 ਵਿਖੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਬੂਥ ਕਮੇਟੀ ਮੈਂਬਰਾਂ ਨਾਲ ਮੀਟਿੰਗ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਬੂਹਾ ਖੜਕਾ ਵੋਟਰਾਂ ਨੂੰ ਜਾਗਰੂਕ ਕਰਨਗੇ। ਇਸ ਮੌਕੇ ਗੱਲਬਾਤ ਕਰਦੇ ਹੋਏ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਸਰਕਾਰ ਦੇ ਗਠਨ ਹੋਣ 'ਤੇ ਕਿਸਾਨਾਂ ਲਈ ਉਹਨਾਂ ਦਾ ਆਪਣਾ ਬਜਟ ਲਿਆਂਦਾ ਜਾਵੇਗਾ। ਵਾਇਰਲ ਹੋ ਰਹੀਆਂ ਵੀਡੀਓਜ਼ ਬਾਰੇ ਉਹਨਾਂ ਕਿਹਾ ਹੈ ਕਿ ਚੋਣਾਂ ਮੌਕੇ ਵਿਰੋਧੀ ਪਾਰਟੀਆਂ ਦੇ ਆਗੂ ਬੁਖਲਾਹਟ ਵਿੱਚ ਆ ਕੇ ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਕਰਦੇ ਹਨ ਜਿਨ੍ਹਾਂ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਅੱਜ ਵਾਰਡ ਨੰਬਰ 47 ਅੰਦਰ ਨਿਰਮਲ ਸਿੰਘ ਕੈੜਾ ਕੌਂਸਲਰ ਵਾਰਡ ਨੰਬਰ 47 ਦੀ ਅਗਵਾਈ ਹੇਠ ਜੋ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਦੀ ਇਲੈਕਸ਼ਨ ਕੰਪੇਨ ਨੂੰ ਤੇਜ਼ੀ ਦਿੰਦੇ ਹੋਏ ਜੋ ਬੂਥ ਕਮੇਟੀਆਂ ਨੇ ਉਹਨਾਂ ਦੀ ਮੀਟਿੰਗ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਨੇ ਅੱਜ ਕੀਤੀ ਹੈ, ਜਿਸ ਵਿੱਚ ਜਿੰਨੇ ਵੀ ਸਾਡੇ ਬੂਥ ਦੇ ਸਾਥੀ ਨੇ ਜਿਹੜੇ ਅੰਦਰ ਔਰ ਬਾਹਰ ਆਪਣੀਆਂ ਡਿਊਟੀਆਂ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦਿੰਦੇ ਆ ਰਹੇ ਨੇ, ਉਹਨਾਂ ਨਾਲ ਬਿੱਟੂ ਜੀ ਨੇ ਆਪ ਪਰਸਨਲ ਮੁਲਾਕਾਤ ਕੀਤੀ ਔਰ ਉਹਨਾਂ ਤੋਂ ਜੋ ਉਹਨਾਂ ਦੇ ਸੁਝਾਅ ਸੀ ਬੂਥ ਕਮੇਟੀਆਂ ਵਾਲਿਆਂ ਦੇ ਉਹ ਲੈ ਗਏ ਨੇ ਔਰ ਉਹਨਾਂ ਦੇ ਸੁਝਾਵਾਂ ਨੂੰ ਜੋ ਉਹਨਾਂ ਦੀਆਂ ਸ਼ਿਕਾਇਤਾਂ ਸੀ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ ਵਿੱਚ ਜ਼ਮੀਨੀ ਪੱਧਰ 'ਤੇ ਕਾਂਗਰਸ ਦਾ ਜੋ ਬੂਥ ਲੈਵਲ ਦਾ ਲੀਡਰ ਹੈ ਉਹ ਹੋਰ ਮਜ਼ਬੂਤੀ ਨਾਲ ਕਿੱਦਾਂ ਉੱਠ ਕੇ ਆਵੇ ਉਸ ਦੇ ਬਾਰੇ ਚਰਚਾ ਕੀਤੀ ਗਈ। ਬਿੱਟੂ ਜੀ ਨੇ ਪੂਰਾ ਯਕੀਨ ਦਵਾਇਆ ਕਿ ਬੂਥ ਕਮੇਟੀਆਂ ਦਾ ਹਰੇਕ ਮੈਂਬਰ ਉਹਨਾਂ ਦੀ ਜੋ ਵੀ ਉਹਨਾਂ ਦੀ ਬਣਦੀ ਮੁਸ਼ਕਲ ਉਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਕੇ ਸਾਰੀਆਂ ਬੂਥ ਕਮੇਟੀਆਂ ਦੇ ਆਈ ਕਾਰਡ ਬਣਾਏ ਜਾਣਗੇ ਔਰ ਉਹਨਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਹੱਲ ਕੀਤਾ ਜਾਏਗਾ। ਦੇਖੋ ਕਿਸਾਨ ਕਿਉਂ, ਉਹ ਕਿਉਂ, ਉਹਦੇ ਪਿੱਛੇ ਕਾਰਨ ਆ, ਕਿਉਂਕਿ 5 ਸਾਲ ਮੋਦੀ ਜੀ ਇਹ ਗੱਲ ਕਹਿੰਦੇ ਰਹੇ ਵੀ ਅਸੀਂ ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਾਂਗੇ, ਅਸੀਂ ਜਿਹੜਾ ਵੀ ਸਮਰਥਨ ਉਹਨਾਂ ਨੇ ਇਸ ਕਰਕੇ ਕਿਸਾਨਾਂ ਦਾ ਲਿਆ ਸੀ ਵੀ ਜਿਹੜਾ ਵੀ ਮੁਨਾਫਾ ਏ ਅਸੀਂ ਉਹ ਦੁੱਗਣਾ ਕਰਾਂਗੇ, ਪਰ ਇੱਕ ਵਾਰੀ ਵੀ ਇਸ ਗੱਲ ਬਾਰੇ ਪਾਰਲੀਮੈਂਟ ਨਾ ਪਾਰਲੀਮੈਂਟ ਤੋਂ ਬਾਹਰ ਸਵਾਮੀਨਾਥਨ ਕਮਿਸ਼ਨ ਦੀ ਗੱਲ ਕੀਤੀ। ਅਤੇ ਹੁਣ ਕਾਂਗਰਸ ਪਾਰਟੀ ਨੇ ਇਹ ਗੱਲ ਕਹੀ ਆ ਜਿਵੇਂ ਬਜਟ ਫਾਈਨਾਂਸ ਬਜਟ ਹੁੰਦਾ ਹੈ, ਉਸੇ ਤਰੀਕੇ ਨਾਲ ਕਿਸਾਨ ਦਾ, ਫਾਰਮਿੰਗ ਦਾ, ਖੇਤੀ ਦਾ, ਐਗਰੀਕਲਚਰ ਦਾ ਅਲੱਗ ਬਜਟ ਹੋਏਗਾ। ਇੱਕ ਇਹ ਬਹੁਤ ਬੜੀ ਗੱਲ ਆ ਕਿਉਂਕਿ ਸਾਡਾ ਖੇਤੀ ਪ੍ਰਧਾਨ ਸੂਬਾ ਹੈ। ਇਹ ਵੀਡੀਓ ਵਾਇਰਲ ਆ ਜਿਹੜੀਆਂ ਇਸ ਮੌਸਮ ਆ ਇਲੈਕਸ਼ਨਾਂ ਦਾ, ਅਤੇ ਜਦੋਂ ਮੈਂ ਤਾਂ ਕਦੇ ਕਿਸੇ ਨੂੰ 5 ਸਾਲ ਓਏ ਨਹੀਂ ਕਿਹਾ, ਅਤੇ ਹੁਣੇ ਕਿੱਥੋਂ ਵੀਡੀਓ ਆ ਗਈ ਇਲੈਕਸ਼ਨ ਮੌਕੇ। ਅਤੇ ਇਸ ਕਰਕੇ ਇਹ ਵੀਡੀਓਆਂ ਜਿਹੜੀਆਂ ਬਣਾਉਣ ਵਾਲੇ ਹੋਰ ਵੀ ਬਣਾਉਣਗੇ ਦਿਨਾਂ ਦੇ ਵਿੱਚ, ਕਈ ਕੁਛ ਹੋਏਗਾ ਡੱਬਿੰਗ ਕਰਕੇ। ਅਤੇ ਮੈਂ ਸਮਝਦਾ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਅਤੇ ਪੁਲਿਸ ਨੂੰ ਵੀ ਇਹਦੀ ਸ਼ਿਕਾਇਤ ਕਰਾਂਗੇ ਵੀ ਜੋ ਵੀ ਬੰਦਾ ਇਹਨੂੰ ਬਣਾਉਣ ਵਾਲਾ ਹੈ ਅਤੇ ਵਾਇਰਲ ਕਰਨ ਵਾਲਾ ਹੈ ਉਹਦੇ ਕਾਨੂੰਨ ਦੀ ਸਖ਼ਤ ਤੋਂ ਸਖ਼ਤ ਜਿਹੜੀ ਕਾਰਵਾਈ ਹੋ ਜਾਵੇ ਅਤੇ ਸਖ਼ਤ ਤੋਂ ਸਖ਼ਤ ਉਹਨੂੰ ਸਜ਼ਾ ਏ ਜਿਹੜੀ ਮਿਲੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।